ਸੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਸੁਲਤਾਨਪੁਰ ਲੋਧੀ ਤੋਂ ਦਿਖਾ ਰਹੇ ਗੁਰਦੁਆਰਾ ਬੁੰਗਾ ਸਾਹਿਬ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੀ ਤੇ ਆਪਸੀ ਨਿਹੰਗ ਸਿੰਘਾਂ ਦੀ ਦੋ ਢਾਈ ਘੰਟੇ ਮੀਟਿੰਗ ਚੱਲੀ ਉਹ ਧਾਰਾ 145 ਲਾ ਦਿੱਤੀ ਗਈ ਹੈ ਜਦਕਿ ਇਸ ਜਗ੍ਹਾ ਦੇ ਵਿੱਚ ਕੋਈ ਵੀ ਐਂਟਰ ਨਹੀਂ ਕਰੇਗਾ ਜਦਕਿ ਚੰਡੀਗੜ੍ਹ ਦੇ DGP ਸਾਹਿਬ ਉਹਨਾਂ ਨੇ ਵੀ ਇਹ ਹਦਾਇਤ ਕੀਤੀ ਔਰ ਕਪੂਰਥਲਾ ਦੇ DC ਸਾਹਿਬਾਨ ਨੇ ਵੀ ਕਿਹਾ ਕਿ ਜਿਹੜਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪ੍ਰਕਾਸ਼ ਪੁਰਬ ਆ ਉਹ ਧੂਮਧਾਮ ਨਾਲ ਮਨਾਇਆ ਜਾ ਰਿਹਾ ਨਾਲ ਦੀ ਨਾਲ ਜਿਹੜਾ ਕਿ ਧਾਰਾ 145 ਲਾਈ ਗਈ ਜਿਹਨੇ ਚ ਗੁਰੂ ਸਾਹਿਬ ਦੇ ਅਖੰਡ ਪਾਠ ਚੱਲਣਗੇ ਉਹ ਇਸੇ ਹੀ ਤਰ੍ਹਾਂ ਦੇ ਚੱਲਣਗੇ ਅਸੀਂ ਜਿਹੜੇ ਕਿ ਬਾਬਾ ਜੀ ਸਾਡੇ ਨਾਲ ਨੇ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਕਿ ਬਾਬਾ ਜੀ ਇਹ ਬੁੰਗਾ ਸਾਹਿਬ ਜੀ ਬਾਬਾ ਮਾਨ ਸਿੰਘ ਜੀ ਕੀ ਸੰਤ ਘਾਟ ਨਿਪਟਾਰਾ ਇਹ ਹੋਇਆ ਕਿ ਜੋ ਕਾਇਦਾ ਕਾਨੂੰਨ ਹੈ ਲਾਗੂ ਹੋਏਗਾ 145 ਦੀ ਜਿਹੜਾ ਕਲੰਦਰਾ ਸੀਗਾ ਉਹਦੇ ਤੇ DC ਸਾਹਿਬ ਕਾਰਵਾਈ ਕਰਨਗੇ DC ਸਾਹਿਬ ਨਾਲ ਹੀ ਬੈਠੇ ਸੀ ਸਾਡੀ ਪੁਲਿਸ ਟੀਮ ਹੀ ਬੈਠੇਗੀ ਇਹ ਜਿੰਨੀ ਦੇਰ ਤੱਕ DC ਸਾਹਿਬ ਇਸ ਫੈਸਲੇ ਤੇ ਨਹੀਂ 45 ਦੇ ਕਲੰਦਰੇ ਤੇ ਪਹੁੰਚਦੇ ਉਨੀ ਦੇਰ ਤੱਕ ਜਗ੍ਹਾ ਰਿਸੀਵਰ ਦੇ ਕੰਟਰੋਲ ਚ ਰਹੇਗੀ ਤੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਗਾਰਡ ਦਵਾਂਗੇ ਹੁਣ ਗੁਰੂ ਨਾਨਕ ਦੇਵ ਜੀ ਦਾ ਇੱਥੇ ਇੱਕ ਮੁਕਾਰ ਦਾ ਜਾਪ ਵੀ ਜਪਿਆ ਇੱਥੇ ਸੰਗਤਾਂ ਜਿਹੜੀਆਂ ਕਿ ਬਹੁਤ ਡਰ ਦਾ ਮਾਹੌਲ ਸਵੇਰੇ ਪੈ ਗਏ ਉਹ ਕੀ ਕਹਿਣਾ ਚਾਹੂੰਗੇ ਸੰਗਤਾਂ ਨੂੰ ਹੋਵਾਂਗਾ ਡਰ ਮੈਂ ਬਿਲਕੁਲ ਬੜਾ ਵਧੀਆ ਸਵਾਲ ਹੈ ਤੁਹਾਡਾ ਮੈਂ ਸੰਗਤ ਨੂੰ ਜਿਹਨੇ ਕਿਸੇ ਨੇ ਇਸ ਗੱਲ ਤੇ ਜੋ ਵੀ ਇੱਥੇ ਹੋਇਆ ਮਹਿਸੂਸ ਕੀਤਾ ਹੋਇਆ ਉਹ ਉਹਦੇ ਲਈ ਖਿਮਾ ਦੇ ਜਾ ਚੁੱਕੇ ਹਾਂ ਪਰ ਮੈਂ ਉਸ ਤੋਂ ਇਲਾਵਾ ਕਹਿੰਦਾ ਇੱਥੇ ਬਿਲਕੁਲ ਹਾਲਾਤ ਠੀਕ ਨੇ ਹੁਣ ਜਿਹੜੇ ਬਾਬਾ ਜੀ ਬੈਠੇ ਨੇ ਉਹਨਾਂ ਦੀ ਬਹੁਤ ਸਹਿਯੋਗ ਰਿਹਾ ਇਸ ਹਾਲਾਤ ਨੂੰ ਠੀਕ ਕਰਨ ਲਈ ਬਾਬਾ ਮਾਨ ਸਿੰਘ ਜੀ ਅਸੀਂ ਬੜੇ ਸੁਹਿਰਦ ਮਾਹੌਲ 'ਚ 3 ਘੰਟੇ 4 ਘੰਟੇ ਬੈਠ ਕੇ ਗੱਲ ਕੀਤੀ ਆ ਲਾਗੂ ਕਾਇਦਾ ਕਾਨੂੰਨ ਲਾਗੂ ਹੋਏਗਾ ਇਸ ਲੜਾਈ ਝਗੜੇ ਨੂੰ ਫੋਰ ਦਾ ਟਾਈਮਿੰਗ ਖਤਮ ਕੀਤਾ ਜਾਏਗਾ ਜੋ FIR ਦਰਜ ਹੋਈਆਂ ਨੇ ਉਹਦੇ ਜੋ ਹੱਕ ਸੱਚ ਨਿਆਂ ਦੇ ਬਿਲਕੁਲ ਸੱਚੀ ਬਿਨਾਂ ਕਿਸੇ ਵੈਰ ਵਿਰੋਧ ਦੇ ਤਫਤੀਸ਼ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਏ ਸਰ ਮੇਰਾ ਇੱਕ ਲਾਸਟ ਕੁਐਸਚਨ ਜਿਹੜਾ ਕਿ ਸਵੇਰੇ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਕਿ ਹੋਮਗਾਰਡ ਦੀ ਮੌਤ ਹੋਈ ਆ ਉਹ ਨਿਹੰਗ ਸਿੰਘਾਂ ਵੱਲੋਂ ਫਾਇਰ ਕੱਢਿਆ ਕਿਸ ਵੱਲੋਂ ਖੇਡ ਦੇਖੋ ਜੋ ਜੱਗ ਜਾਹਰ ਗੱਲ ਆ ਉਹਨੂੰ ਮੈਂ ਡਿਨਾਈ ਨਹੀਂ ਕਰਦਾ ਲੇਕਿਨ ਕਿਉਂਕਿ ਇਹ ਸਾਰਾ ਹਕੀਕਤ ਜਿਹੜੀ ਹੈ ਸਫਾ ਮਿਸਲ 'ਤੇ ਆਏਗੀ FIR ਦੇ ਤਫਤੀਸ਼ ਦੇ ਦੌਰਾਨ ਆਏਗੀ ਇਹਨੂੰ ਤਫਤੀਸ਼ੀ ਅਫਸਰ ਵੱਲੋਂ ਸਹੀ ਤਰੀਕੇ ਨਾਲ ਦੱਸਣਾ ਬੈਟਰ ਰਹੇਗਾ ਸੋ ਇਸ ਸਾਡੇ ਨਾਲ DGP ਇਹਨਾਂ ਦਾ ਵੀ ਬਹੁਤ ਕਹਿਣਾ ਵਾ ਜਿਹੜਾ ਕਿ ਇੱਥੇ ਇਹ ਤਾਰਾ 145 ਲਗਾ ਰਹੀ ਹੈ ਉਹਨਾਂ ਨੇ ਇਹ ਵੀ ਸੁਨੇਹਾ ਦਿੱਤਾ ਜਿਹੜੇ ਇੱਥੇ ਗੁਰੂ ਨਾਨਕ ਦੇਵ ਦਾ ਗੁਰਪੁਰਬ ਵੀ ਆ ਰਿਹਾ ਵਾ ਸੰਗਤਾਂ ਆ ਕੇ ਮੱਥਾ ਟੇਕਣ ਜਦਕਿ ਦੇਖਿਆ ਚਲੋ ਗੋਲੀਬਾਰੀ ਹੋਈ ਔਰ ਸੰਗਤਾਂ ਦੇ ਮਨ 'ਚ ਡਰ ਦਾ ਮਾਹੌਲ ਪੈ ਗਿਆ ਕਿ ਪੁਲਿਸ ਪ੍ਰਸ਼ਾਸਨ ਇੱਦਾਂ ਹੀ ਤਨਾਵਪੂਰ ਸੁਲਤਾਨਪੁਰ ਲੋਧੀ ਦੇ ਵਿੱਚ ਰਹੇਗਾ ਜਦਕਿ 2-4 ਦਿਨ ਤੱਕ ਗੁਰੂ ਨਾਨਕ ਦੇਵ ਦੇ ਗੁਰਪੁਰਬ ਵੀ ਆ ਰਿਹਾ ਕੈਮਰਾਮੈਨ ਰੂਬੀ ਧਾਮੀ ਦੇ ਨਾਲ ਸੁਲਤਾਨਪੁਰ ਲੋਧੀ ਸੁਨੀਲ ਗੋਗਲਾ